ਕਿਹਾ ਤੁਸੀਂ ਕਿਸ ਨੂੰ ਇਸ ਨੂੰ ਪੂਰਾ ਸੁਣੋ ਅੱਜ ਅਸੀਂ ਉਹ ਚੀਜ਼ਾਂ ਨੂੰ ਸਿੱਖਣ ਜਾ ਰਹੇ ਹੈਗੇ ਹਾਂ ਉਸ ਇੱਕ ਚੀਜ਼ ਨੂੰ ਖਾਸ ਕਰਕੇ ਇੱਕ ਸਿੱਖਣ ਜਾ ਰਹੇ ਹੈਗੇ ਹਾਂ ਜੋ ਸਾਡੇ ਵਾਸਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀ ਹੈ ਜਦੋਂ ਤੋਂ ਅਸੀਂ ਜਨਮ ਲੈਂਦੇ ਦੁਨੀਆਂ ਦੇ ਵਿੱਚ ਉਦੋਂ ਤੋਂ ਸਾਡੀ ਜ਼ਿੰਦਗੀ ਦੇ ਵਿੱਚ ਹਜ਼ਾਰਾਂ ਹੀ ਪਰਮੇਸ਼ੁਰ ਆਉਂਦੇ ਜਿਨ੍ਹਾਂ ਨੂੰ ਧਰਤੀ ਦੇ ਉੱਪਰ ਕਿਹਾ ਜਾਂਦਾ ਹੈਗਾ ਔਰ ਹਰ ਕੋਈ ਬੰਦਾ ਮੈਂ ਜਦੋਂ ਦਾ ਜਨਮ ਲਿਆ ਔਰ ਹੋਸ਼ ਸੰਭਾਲੀ ਹੈਗੀ ਆ ਉਦੋਂ ਤੋਂ ਬੜੀ ਵਾਰੀ ਮੈਨੂੰ ਇਹ ਸਿਖਾਇਆ ਗਿਆ ਕਿ ਇਹ ਵੀ ਪਰਮੇਸ਼ੁਰ ਆ ਆਹ ਵੀ ਪਰਮੇਸ਼ੁਰ ਆ ਆਹ ਵੀ ਪਰਮੇਸ਼ੁਰ ਜਿੱਥੇ ਜਾਣਾ ਇਹ ਵੀ ਰੱਬੀ ਰੂਪ ਆ ਆਹ ਵੀ ਰੱਬ ਦਾ ਰੂਪ ਹੈਗਾ ਆ ਇਹ ਖੁਦ ਹੀ ਰੱਬ ਹੈਗੇ ਸਭ ਦੇ ਸਭ ਨੂੰ ਰੱਬ ਬਣਾ ਕੇ ਰੱਖ ਦਿੱਤਾ ਤੁਹਾਨੂੰ ਪਤਾ ਰੱਬ ਕਿਹਨੂੰ ਕਿਹਾ ਜਾ ਸਕਦਾ ਹੈਗਾ ਪਰਮੇਸ਼ੁਰ ਹੋਣ ਦੇ ਕੁਛ ਗੁਣ ਆ ਪਰਮੇਸ਼ੁਰ ਹੋਣ ਦੀ ਕੁਝ ਅਲੱਗ ਖਾਸੀਅਤ ਹੈਗੀ ਆ ਅੱਜ ਅਸੀਂ ਵੇਖਾਂਗੇ ਪਰਮੇਸ਼ੁਰ ਦੇ ਵਚਨ ਦੇ ਵਿੱਚੋਂ ਕਿ ਉਹ ਕਿਹੜੇ ਗੁਣ ਹੈਗੇ ਆ ਜਿਹੜੇ ਪਰਮੇਸ਼ੁਰ ਸਾਬਤ ਕਰ ਸਕਦੇ ਕਿਸੇ ਇਸ ਦੁਨੀਆਂ ਦੇ ਉੱਪਰ ਅਨੇਕਾਂ ਹੀ ਪਰਮੇਸ਼ੁਰ ਨੂੰ ਦੱਸਿਆ ਜਾਂਦਾ ਹੈਗਾ ਅਸੀਂ ਸਭ ਸੁਣਦੇ ਹਾਂ ਪ੍ਰਭੂ ਯਿਸੂ ਮਸੀਹ ਨੂੰ ਜਾਣਨ ਤੋਂ ਪਹਿਲਾਂ ਅਸੀਂ ਸਭ ਇਹਨਾਂ ਚੀਜ਼ਾਂ ਚੋਂ ਨੰਗੇ ਹੈਗੇ ਹਾਂ ਕਿਸੇ ਨੇ ਦੱਸਿਆ ਆਹ ਵੀ ਰੱਬ ਹੈਗਾ ਆਹ ਵੀ ਰੱਬ ਹੈਗਾ ਉਹ ਵੀ ਰੱਬ ਹੈਗਾ ਆ ਔਰ ਹਜ਼ਾਰਾਂ ਲੱਖਾਂ ਸਾਡੇ ਜੀਵਨ ਦੇ ਵਿੱਚ ਰੱਬ ਬਣ ਕੇ ਬੈਠੇ ਰੱਬ ਹੋਣ ਵਾਸਤੇ ਸਭ ਤੋਂ ਪਹਿਲਾਂ ਤੁਹਾਨੂੰ ਕੀ ਪਤਾ ਲਾਉਣਾ ਪਊਗਾ ਕਿ ਰੱਬ ਜਿਹੜਾ ਆ ਉਹਦੇ ਵਿੱਚ ਕਿਹੜਾ ਗੁਣ ਹੋਣਾ ਚਾਹੀਦਾ ਕਿ ਉਹਨੂੰ ਰੱਬ ਕਿਹਾ ਜਾ ਸਕੇ ਉਹਨੂੰ ਪਰਮੇਸ਼ੁਰ ਕਿਹਾ ਜਾ ਸਕੇ ਪਰਮੇਸ਼ੁਰ ਹੋਣ ਦੇ ਵਾਸਤੇ ਕੁਝ ਗੁਣ ਹੋਣੇ ਬੜੇ ਜ਼ਰੂਰੀ ਹੈ ਜੇ ਅਸੀਂ ਪਹਿਲਾ ਗੁਣ ਵੇਖੀਏ ਪਰਮੇਸ਼ੁਰ ਹੋਣ ਦਾ ਸਭ ਤੋਂ ਵੱਡਾ ਜਿਹੜਾ ਗੁਣ ਹੈਗਾ ਆ ਉਹ ਕਦੀ ਵੀ ਸਾਡੇ ਵਾਂਗੂ ਜਨਮ ਨਹੀਂ ਲੈ ਸਕਦਾ ਯਾਦ ਰੱਖਿਓ ਪਰਮੇਸ਼ੁਰ ਕਦੀ ਵੀ ਇਨਸਾਨਾਂ ਦੇ ਵਾਂਗੂ ਜਨਮ ਨਹੀਂ ਲੈ ਸਕਦਾ ਉਹ ਵਿਆਹ ਨਹੀਂ ਕਰਵਾ ਸਕਦਾ ਜਿਹਨੂੰ ਪਰਮੇਸ਼ੁਰ ਕਿਹਾ ਜਾਵੇ ਅੱਜ ਤਾਂ ਅਸੀਂ ਸਭ ਬੈਠੇ ਹੈਗੇ ਹਾਂ ਤੁਹਾਨੂੰ ਸਭ ਨੂੰ ਆਪਣੀ ਡੇਟ ਆਫ ਬਰਥ ਯਾਦ ਹੋਊਗੀ ਕਿੰਨੇ ਲੋਕਾਂ ਨੂੰ ਯਾਦ ਆ ਤੁਹਾਡੀ ਜਨਮ ਤਰੀਕ ਕਿੰਨੀ ਹੈਗੀ ਹੈ ਯਾਦ ਹੈਗੀ ਨਾ ਯਾਦ ਰੱਖੋ ਤੁਸੀਂ ਆਪਣੀ ਜਿਹੜੀ ਜਨਮ ਤਰੀਕ ਆ ਉਦਣ ਤੋਂ ਸ਼ੁਰੂ ਕਰਦੇ ਆ ਜਿੱਦਣ ਤੁਸੀਂ ਜਨਮ ਲੈਂਦੇ ਆ ਕਦੋਂ ਸ਼ੁਰੂ ਕਰਦੇ ਆ ਜਦੋਂ ਜਨਮ ਲੈਂਦੇ ਆ ਤੁਹਾਡੇ ਜਨਮ ਲੈਣ ਤੋਂ 9 ਮਹੀਨੇ ਤੱਕ ਤੁਸੀਂ ਮਾਂ ਦੀ ਕੁੱਖ ਵਿੱਚ ਰਹੇ ਉਹ ਸਮਾਂ ਅਸੀਂ ਕਦੀ ਐਡ ਨਹੀਂ ਕਰਦੇ ਉਹਦੇ ਵਿੱਚ ਕਰਦਾ ਕੋਈ ਵੀ ਕਿਉਂ ਜਨਮ ਤੇ ਅਸੀਂ ਲੈ ਚੁੱਕੇ ਸੰਸਾਰ ਦੇ ਵਿੱਚ ਤੇ ਨਹੀਂ ਆਏ ਪਰ ਅਸੀਂ ਕੀ ਆ ਸਾਡੀ ਸ਼ੁਰੂਆਤ ਹੋ ਚੁੱਕੀ ਆ ਤੁਹਾਡੇ ਵਿੱਚੋਂ ਕੋਈ ਵੀ ਦੱਸ ਸਕਦਾ ਕਿ ਜਦੋਂ ਤੁਸੀਂ ਮਾਂ ਦੀ ਕੁੱਖ ਵਿੱਚ ਪੈਣ ਤੋਂ ਪਹਿਲਾਂ ਕਿੱਥੇ ਸੀ ਅਸੀਂ ਸਭ ਪਤਾ ਕਿਸੇ ਨੂੰ ਹਾਲੇ ਲੋਹੀ ਆ ਬਹੁਤ ਗੰਭੀਰ ਆ ਨਾ ਅਸੀਂ ਸੋਚ ਨਹੀਂ ਸਕਦੇ ਫਿਰ ਵੀ ਸਾਡੀ ਸ਼ੁਰੂਆਤ ਹੈਗੀ ਫਿਰ ਵੀ ਆਦਮ ਕਿੱਥੇ ਸੀ ਜਦੋਂ ਬਣਾਉਣ ਤੋਂ ਪਹਿਲਾਂ ਆਦਮ ਕਿੱਥੇ ਸੀ ਆਦਮ ਜਦੋਂ ਉਹਨੂੰ ਬਣਾਉਣ ਤੋਂ ਪਹਿਲਾਂ ਦੁਨੀਆਂ ਦਾ ਪਹਿਲਾ ਬੰਦਾ ਕਿਸ ਤਰ੍ਹਾਂ ਬਣਾਇਆ ਗਿਆ ਮਤਲਬ ਉਹ ਸ਼ੁਰੂ ਤੋਂ ਨਹੀਂ ਸੀ ਹੈਗਾ ਇਨਸਾਨ ਸ਼ੁਰੂ ਤੋਂ ਨਹੀਂ ਹੈਗਾ ਇਨਸਾਨ ਨੂੰ ਬਣਾਇਆ ਗਿਆ ਇਨਸਾਨ ਦੀ ਆਪਣੀ ਇੱਕ ਸ਼ੁਰੂਆਤ ਹੈਗੀ ਹੈ ਕੋਈ ਵੀ ਚੀਜ਼ ਇੱਕ ਇਹ ਵੇਖ ਰਹੇ ਤੁਸੀਂ ਇੱਕ ਸਟੈਂਡ ਲਾ ਲਓ ਲੈਕਚਰ ਸਟੈਂਡ ਹੈਗਾ ਇਹ ਵੀ ਇਹਦੀ ਸ਼ੁਰੂਆਤ ਹੈਗੀ ਆ ਇਹਦੀ ਸ਼ੁਰੂਆਤ ਹੈਗੀ ਆ ਇਹ ਪਹਿਲਾਂ ਤੋਂ ਨਹੀਂ ਹੈ ਕਿੰਨਾ ਚੀਜ਼ ਕੋਈ ਵੀ ਚੀਜ਼ ਇੱਕ ਪੇੜ ਪੌਦਾ ਹੈਗਾ ਆ ਉਹਨਾਂ ਦੀ ਸ਼ੁਰੂਆਤ ਹੈਗੀ ਬਾਈਬਲ ਪੜ੍ਹੋ ਲਿਖਿਆ ਕਿ ਸਭ ਚੀਜ਼ਾਂ ਪਰਮੇਸ਼ੁਰ ਨੇ ਬਣਾਈਆਂ ਅਸੀਂ ਹਮੇਸ਼ਾ ਕਦੇ ਕਦੇ ਕੁਛ ਲੋਕਾਂ ਦਾ ਸਵਾਲ ਹੁੰਦਾ ਆ ਪਰਮੇਸ਼ੁਰ ਨੂੰ ਕਿੰਨੇ ਬਣਾਇਆ ਹੋ ਤੁਸੀਂ ਕਦੇ ਸੋਚਿਆ ਪਰਮੇਸ਼ੁਰ ਨੂੰ ਕਿੰਨੇ ਬਣਾਇਆ ਹੋ ਪਰਮੇਸ਼ੁਰ ਨੂੰ ਕਿਸੇ ਨੇ ਨਹੀਂ ਬਣਾਇਆ ਉਹ ਅਨੰਤ ਕਾਲ ਆ ਜੇ ਮੈਂ ਕਹੂੰਗਾ ਕਿ ਪਰਮੇਸ਼ੁਰ ਨੂੰ ਇਹਨੇ ਬਣਾਇਆ ਆ ਤੇ ਫਿਰ ਉਹਦੇ ਤੋਂ ਵੱਡਾ ਹੋ ਗਿਆ ਜਿਹਨੇ ਬਣਾਇਆ ਆ ਫਿਰ ਉਹਨੂੰ ਕਿੰਨੇ ਬਣਾਇਆ ਏਦਾਂ ਕਰਦੇ ਕਰਦੇ ਅਸੀਂ ਸ਼ਾਇਦ ਆਪਣੀ ਸਾਰੀ ਜ਼ਿੰਦਗੀ ਵੀ ਟਪਾ ਦਈਏ ਪਰ ਪਤਾ ਨਹੀਂ ਲਾ ਸਕਦੇ ਪਰਮੇਸ਼ੁਰ ਅਨੰਤ ਕਾਲ ਆ ਪਰਮੇਸ਼ੁਰ ਦੀ ਕੋਈ ਵੀ ਸ਼ੁਰੂਆਤ ਨਹੀਂ ਹੈ ਪਰਮੇਸ਼ੁਰ ਕੌਣ ਆ ਕਿੱਥੋਂ ਆਇਆ ਆ ਇਹ ਕੋਈ ਨਹੀਂ ਦੱਸ ਸਕਦਾ ਕਿ ਪਰਮੇਸ਼ੁਰ ਕੌਣ ਆ ਤੇ ਕਿੱਥੋਂ ਆਇਆ ਆ ਕਿਉਂਕਿ ਜੇ ਕੋਈ ਇਨਸਾਨ ਦੁਨੀਆਂ ਤੇ ਕਵੇ ਕਿ ਪਰਮੇਸ਼ੁਰ ਨੂੰ ਬਣਾਉਣ ਵਾਲਾ ਕੋਈ ਹੈਗਾ ਆ ਤੇ ਫਿਰ ਉਹਨੂੰ ਬਣਾਉਣ ਵਾਲਾ ਵੱਡਾ ਆ
परमेश्वर वड्डा नहीं हो सकता। उन्हें बनाने वाला की आ वड्डा परमेश्वर के कुछ गुण है, वो गुण कहड़े आ, वो दूसरा कोई जा वो नाम जड़े है गया, वो दूसरा कोई इस्तेमाल नहीं कर सकता। आई असी पहला जो परमेश्वर का गुण हैगा उन्हूं असी देखांगे। कूच की किताब उदा तीन अध्याय, सब जन फटाफट कटो कूच की किताब हिंदी दे विच निर्गमन तीन अध्याय उदे 13 और 14 वचन नूं असी पढ़ांगे। मूसा ने परमेश्वर से कहा, जब मैं इसराइलियों के पास जाकर उनसे कहूं तुम्हारे पितरों के परमेश्वर ने मुझे तुम्हारे पास भेजा है, तब यदि वो मुझसे पूछे उसका क्या नाम है। याद रखो इसराइली लोगों नूं पता सी परमेश्वर नूं की कह के बुलाया जाता है, जब परमेश्वर गल केड़े नाम दे नाल करता है गाया। परमेश्वर ने मूसा से कहा, मैं जो हूं सो हूं, ये परमेश्वर का नाम या ये कोई दुनिया से होर इस्तेमाल नहीं कर सकता। फिर उसने कहा, तू इसराइलियों से ये कहना, जिसका नाम मैं हूं है उसी ने तुम्हारे पास भेजा है। परमेश्वर का नाम की या मैं हूं, मैं हां, आई एम, बस परमेश्वर कहता मैं हां। ये जिहड़ा शब्द आ ये कोई भी इस्तेमाल नहीं कर सकता। परमेश्वर ने मूसा नूं भी दस्या कि तुसी मैनूं नाम देण दी कोशिश ना करो, तुसी मेरा नाम ना रखो। मैं जो हां सो हां मतलब मैं अनंत काल आ, मैं आदि तो हां, मेरा कोई नाम नहीं है। बस तू इना दस उहदा नाम मैं आ। असीं नाल नाल वचन नूं सिखांगे भी इसराइली लोगों नूं कितना पता लगूगा कि उहदा नाम मैं आ। इत्थों मूसा जदों जाके दसूगा कि मैनूं उहने भेजिआ जिहदा नाम मैं आ। परमेश्वर दा नाम की आ? साडे लोग संसार दे विच बड़ी बड़ी कहिंदे आ जी मैं ते इक घमंड नूं दर्शाउंदा आ, सच आ उह 100% सच आ। जदों कोई कहिंदा मैं हां सिर्फ मैं हां, उहदा मतलब उहदे तों अग्गे कुछ नहीं है। वो साफ दसदा है कि ना मेरे तो पहला ना मेरे तो बाद विच कोई हो, मैं आदि ते अंत हां, मैं अल्फा और ओमेगा हां, ये सारी सृष्टि नूं बनाउण वाला मैं हां, ये सूरज चंद तारियां नूं बनाउण वाला मैं हां। असीं कह सकते हैं सब चीजां, कह सकते जी आ तंबू मैं बनाया हैगा आ, आ मैट मैं बनाए हैगे आ, आ सूरज जो तुसीं पाए कह सकते कि उहने बनाया, किसी का नाम लै सकते हैं किसी का भी। एक घर किन्ने बनाया हैगा वो सब ले सकते ना, पर जो सवाल आता कि आकाश किन्ने बनाया, सूरज चंद तारे किन्ने बनाए आ, तो साढ़े कोई जवाब नहीं। असी गल करते सिर्फ वह परमात्मा ने बनाए आ, वह परमेश्वर ने बनाए आ, और उही परमेश्वर यह हैगा जिन्हें इन्होंने चीजों की गल करता है। मैं आदि हाँ मैं अंत हाँ, कहता मूसा मैनू नाम ना दिता जाए, उन्होंने सिर्फ जाके दस जिदा नाम मैं हाँ उन्हें मैनू भेजिया है। उन्होंने कितना पता लगा होगा जो मूसा इसराइली लोगों के कोल गया मिश्र के विच, उन्हें जाके दस्या होगा कि मैनू उन्हें भेजा जिहदा नाम मैं हाँ, जिहड़ा मैं करके गल कर कि इहदे तो पहला मूसा तो पहला नाम जिहड़ा लोगों को पता सी। किन्ने लोग जानते कि पहले तो नाम पता सी लोगों को, पता सी जे नहीं पता सी तो ये असीं पढ़ते हाँ उत्पत्ति की किताब 17 अध्याय और एक वचन तो पढ़ के वेखो। जब अब्राहम 99 वर्ष का हो गया तब यहोवा ने उसको दर्शन देकर कहा, याद रखो अगला सवाल तो डिले होता है, मैं सर्वशक्तिमान ईश्वर हूं। मैं क्या मैं सर्वशक्तिमान ईश्वर हूं, मेरी उपस्थिति में चल और सिद्ध होता जा। परमेश्वर ने दस्या अब्राहम ने पहला गल की कि मैं हूं। अब्राहम जानता सी तैनू बार बार परमेश्वर ने दस्या मैं तेरे प्यो दादियां दा परमेश्वर हां, मैं तेरे प्यो दादियां दा परमेश्वर हां, मैं अब्राहम याकूब इसहाक दा परमेश्वर हां। परमेश्वर शुरू तो जदों गल करता सी उदों मैं शब्द नाल गल करता सी।
ਅੱਜ ਸਾਡੇ ਵਾਸਤੇ ਤੇ ਬੜੀ ਫਖਰ ਦੀ ਗੱਲ ਹੋਣੀ ਚਾਹੀਦੀ ਆ ਕਿ ਮੈਂ ਉਸ ਪਰਮੇਸ਼ਵਰ ਦਾ ਬੇਟਾ ਆ ਜਾਂ ਮੈਂ ਉਸ ਪਰਮੇਸ਼ਵਰ ਤੋਂ ਜਾਣਦਾ ਆ ਜਿਹੜਾ ਮੈਂ ਕਰਕੇ ਗੱਲ ਕਰਦਾ ਆ। ਇਹ ਮੈਂ ਕਰਕੇ ਗੱਲ ਕਰਨ ਦਾ ਅਧਿਕਾਰ ਇਸ ਪੂਰੀ ਦੁਨੀਆ ਵਿੱਚ ਕਿਸੇ ਕੋਲ ਵੀ ਨਹੀਂ ਹੈਗਾ ਸਵਾਏ ਯਿਸੂ ਮਸੀਹ ਤੋਂ। ਯਿਸੂ ਮਸੀਹ ਹਮੇਸ਼ਾ ਜਦੋਂ ਗੱਲ ਕਰਦੇ ਤੁਸੀਂ ਪੜ੍ਹ ਕੇ ਵੇਖੋ ਨਵੇਂ ਨਿਯਮ ਦੇ ਵਿੱਚ ਕਿੰਨੀ ਵਾਰੀ ਉਹਨਾਂ ਨੇ ਇਸ ਗੱਲ ਨੂੰ ਮੈਂ ਕਰਕੇ ਕੀਤਾ ਹੈਗਾ। ਮੈਂ ਸੱਚੀ ਦਾਖਲਤਾ ਮੈਂ ਆ, ਦੁਆਰ ਮੈਂ ਆ, ਰਾਜਸ਼ਾਹੀ ਜੀਵਨ ਮੈਂ ਆ, ਜਗਤ ਦਾ ਚਾਨਣ ਮੈਂ ਆ, ਜੀਵਨ ਦੀ ਰੋਟੀ ਮੈਂ ਆ, ਜੀਵਨ ਦਾ ਚਾਨਣ ਮੈਂ ਆ, ਜੀਵਨ ਦਾ ਜਲ ਮੈਂ ਆ। ਬਹੁਤ ਵਾਰ ਹਰ ਗੱਲ ਨੂੰ ਪ੍ਰਭੂ ਯਿਸੂ ਮਸੀਹ ਨੇ ਮੈਂ ਕਰਕੇ ਗੱਲ ਕੀਤੀ ਆ ਕਿ ਮੇਰੇ ਤੋਂ ਸਿਵਾ ਕੁਛ ਵੀ ਨਹੀਂ ਆ, ਮੈਂ ਹੀ ਆਦਿ ਆ, ਮੈਂ ਹੀ ਅੰਤ ਆ। ਅਸੀਂ ਜਦੋਂ ਬਾਜ਼ਾਰ ਵਿੱਚ ਜਾਂ ਕਿਤੇ ਵੀ ਸੁਣਦੇ ਲੋਕ ਕਹਿੰਦੇ ਨਹੀਂ ਜੀ, ਇਹ ਮੈਂ ਸ਼ਬਦ ਜਿਹੜਾ ਘਮੰਡ ਨੂੰ ਦਰਸਾਉਂਦਾ ਆ। ਔਰ ਯਾਦ ਰੱਖੋ ਪ੍ਰਭੂ ਦੇ ਪਿਆਰੇ ਲੋਕੋ, ਜੇ ਕਿਸੇ ਕੰਮ ਨੂੰ ਤੁਸੀਂ ਕੀਤਾ ਖੁਦ, ਤੇ ਤੁਸੀਂ ਇਹ ਨਹੀਂ ਕਹੋਗੇ ਕਿ ਦੂਜੇ ਨੇ ਕੀਤਾ। ਕਹਿ ਸਕਦੇ ਕਦੀ ਤੁਸੀਂ ਕੀ ਕਹੋਗੇ? ਇਹਦਾ ਮਤਲਬ ਘਮੰਡ ਥੋੜੀ ਹੋਇਆ, ਕਿਉਂਕਿ ਕੀਤਾ ਤੁਸੀਂ ਉਸ ਕੰਮ ਨੂੰ। ਜੇ ਤੁਸੀਂ ਕਹੋਗੇ ਜੀ ਇਹ ਘਰ ਜਿਹੜਾ ਮੈਂ ਬਣਾਇਆ ਆ, ਇਹਦਾ ਮਤਲਬ ਕਿ ਤੁਸੀਂ ਘਮੰਡ ਕਰ ਰਹੇ ਆ। ਕੀ ਕਹਿਣਾ ਚਾਹੀਦਾ? ਆ ਘਰ ਤੂੰ ਬਣਾਇਆ ਆ? ਨਹੀਂ ਨਾ, ਸਾਨੂੰ ਪਤਾ ਆ ਜੇ ਕੁਛ ਵੀ ਆ ਜੇ ਤੁਸੀਂ ਬਣਾਇਆ ਇਹਦਾ ਮਤਲਬ ਤੁਸੀਂ ਮੈਂ ਸ਼ਬਦ ਦਾ ਇਸਤੇਮਾਲ ਕਰੋਗੇ। ਪਰਮੇਸ਼ਵਰ ਉਹਨੂੰ ਕਿਹਾ ਜਾ ਸਕਦਾ ਆ ਜਿਹੜਾ ਸ੍ਰਿਸ਼ਟੀ ਕਰਤਾ ਆ, ਜਿਹਨੇ ਇਸ ਸ੍ਰਿਸ਼ਟੀ ਦਾ ਵਰਣਨ, ਜਿਹਦੇ ਕੋਲ ਸ੍ਰਿਸ਼ਟੀ ਦੇ ਬਾਰੇ ਮਿਲਦਾ ਸਾਨੂੰ ਕਿ ਸ੍ਰਿਸ਼ਟੀ ਨੂੰ ਕਿੰਨੇ ਬਣਾਇਆ ਆ। ਫਿਰ ਬਾਈਬਲ ਦੇ ਪਹਿਲੇ ਦੇ ਇੱਕ ਦੇ ਇੱਕ ਵਚਨ ਚ ਲਿਖਿਆ ਕਿ ਆਦਿ ਵਿੱਚ ਪਰਮੇਸ਼ਵਰ ਨੇ ਆਕਾਸ਼ ਤੇ ਧਰਤੀ ਨੂੰ ਬਣਾਇਆ। ਆਕਾਸ਼ ਧਰਤੀ ਨੂੰ ਬਣਾਉਣ ਵਾਲਾ ਹੀ ਪਰਮੇਸ਼ਵਰ ਆ। ਧਰਤੀ ਤੇ ਜਨਮ ਲੈ ਕੇ ਇਨਸਾਨ ਦੇ ਵਾਂਗੂ ਜੇ ਕੋਈ ਜਨਮ ਲੈਂਦਾ ਤੇ ਉਹ ਪਰਮੇਸ਼ਵਰ ਨਹੀਂ ਹੋ ਸਕਦਾ, ਉਹ ਪਰਮੇਸ਼ਵਰ ਦਾ ਦਾਸ ਹੋ ਸਕਦਾ ਆ। ਉਹ ਪਰਮੇਸ਼ਵਰ ਨਹੀਂ ਹੋ ਸਕਦਾ, ਉਹ ਪਰਮੇਸ਼ਵਰ ਦਾ ਦਾਸ ਬਣ ਸਕਦਾ ਹੈ। ਧਰਤੀ ਤੇ ਕਿਸੇ ਨੂੰ ਕਿੰਨੀ ਵੀ ਪਾਵਰ ਕਿਉਂ ਨਾ ਮਿਲ ਜਾਏ ਪਰ ਉਹ ਪਰਮੇਸ਼ਵਰ ਨਹੀਂ ਬਣ ਸਕਦਾ। ਅਸੀਂ ਕਦੀ ਕਦੀ ਵੇਖਦੇ ਲੋਕ ਕਹਿੰਦੇ ਨਹੀਂ ਜੀ ਉਹ ਵੀ ਰੱਬੀ ਰੂਪ ਹੈਗਾ ਆ, ਉਹ ਵੀ ਪਰਮੇਸ਼ਵਰ ਆ ਜੀ, ਉਹ ਸਭ ਕੁਛ ਕਰਦਾ ਆ, ਉਹ ਸਭ ਕੁਛ ਜਾਣਦਾ ਆ। ਤੁਹਾਡੇ ਕੋਲ ਇਸ ਪੂਰੀ ਦੁਨੀਆ ਦਾ ਗਿਆਨ ਹੋਵੇ ਤਾਂ ਵੀ ਤੁਸੀਂ ਪਰਮੇਸ਼ਵਰ ਨਹੀਂ ਬਣ ਸਕਦੇ। ਪਰਮੇਸ਼ਵਰ ਦੀ ਖਾਸੀਅਤ ਹੈਗੀ ਆ, ਇਹ ਖਾਸੀਅਤ ਉਹਦੀ ਕਿ ਉਹ ਮੈਂ ਕਰਕੇ ਗੱਲ ਕਰਦਾ ਹੈਗਾ। ਤੁਸੀਂ ਕੁਝ ਵਚਨ ਲਿਖ ਕੇ ਰੱਖ ਸਕਦੇ ਆ, ਮੈਂ ਪੜਾਊਂਗਾ ਨਹੀਂ ਤੁਹਾਨੂੰ, ਜਿੱਥੇ ਜਿੱਥੇ ਲਿਖਿਆ ਹੈਗਾ ਆ। ਪੁਰਾਣੇ ਨਿਯਮ ਦੇ ਵਿੱਚ ਉਤਪਤੀ ਉਹਦਾ 17:1 ਤੁਸੀਂ ਲਿਖ ਲਿਆ, 35:11 ਵਚਨ, 26:24 ਵਚਨ, 28:13 ਵਚਨ, ਜਸ਼ਾਇਆ 43:13 ਵਚਨ, ਔਰ ਕੂਚ 15:26 ਵਚਨ, ਜਿੱਥੇ ਖੁਦ ਪਰਮੇਸ਼ਰ ਨੇ ਕਿਹਾ ਸੀ ਕਿ ਮੈਂ ਤੁਹਾਡਾ ਚੰਗਾ ਕਰਨ ਵਾਲਾ ਯਹੋਵਾ ਹਾਂ। ਮੈਂ ਕਰਕੇ ਗੱਲ ਕਰਦਾ ਹਮੇਸ਼ਾ ਪਰਮੇਸ਼ਰ, ਮੈਂ ਤੁਹਾਡਾ ਚੰਗਾ ਕਰਨ ਵਾਲਾ ਪਰਮੇਸ਼ਰ ਹਾਂ। ਚੰਗਿਆਈ ਕੌਣ ਦਿੰਦਾ? ਪ੍ਰਭੂ ਯਿਸੂ ਮਸੀਹ। ਅਜੀ ਸਭ ਆ ਜਾਣ ਕੇ ਇੱਥੇ ਬੈਠੇ ਹੈਗੇ ਆ, ਸਾਨੂੰ ਪਤਾ ਕੌਣ ਚੰਗਿਆ ਕਰਦਾ। ਅਸੀਂ ਅੱਜ ਕੁਛ ਗਵਾਹੀਆਂ ਨੂੰ ਸੁਣਿਆ, ਭੈਣ ਭੂ ਨੂੰ ਦੱਸ ਰਹੇ ਸੀ ਕਿ ਉਹਨਾਂ ਦੇ ਬੇਟੇ ਨੇ ਕਿਸ ਤਰ੍ਹਾਂ ਉਹ ਸੱਚਮੁੱਚ ਸਭ ਪ੍ਰੇਅਰ ਕਰ ਰਹੇ ਸੀ, ਔਰ ਉਹ ਖਤਰਨਾਕ ਚੀਜ਼ ਹੈ ਕਿ ਉਹ ਤੋਂ ਕੋਕਰੇਚ ਵਗੈਰਾ ਸਭ ਚੀਜ਼ਾਂ ਮਰਦੀਆਂ ਹੈਗੀਆਂ, ਉਹ ਖਾ ਗਿਆ ਸੀ। ਔਰ ਮੈਂ ਸੱਚ ਕਹਿੰਦਾ ਹਾਂ, ਮੈਂ ਭੈਣ ਨੂੰ ਉਹਦੇ ਨੂੰ ਕਿਹਾ ਜੇ ਪ੍ਰਭੂ 'ਚ ਨਾ ਹੁੰਦੀ ਇਹਨਾਂ ਨੇ ਇਹ ਨਹੀਂ ਸੀ ਵੇਖਣਾ ਕਿ ਇੱਥੇ ਪ੍ਰੇਅਰ ਚੱਲਣ ਦੀ ਕੀ ਹੋਣ ਡਿਆ। ਸਭ ਤੋਂ ਪਹਿਲਾਂ ਭੱਜਣਾ ਸੀ, ਕਿੱਧਰ ਭੱਜਣਾ ਸੀ? ਡੋਕਲਾਂ ਦੇ ਪਿੱਛੇ, ਲੋਕਾਂ ਦੇ ਕੋਲ ਭੱਜੇ ਤੇ ਉੱਧਰ ਜ਼ਰੂਰ ਆ, ਸਾਰੇ ਜ਼ਰੂਰ ਭੱਜੇ ਅਸੀਂ ਸਾਰੇ, ਪਰ ਕਿੱਧਰ ਭੱਜੇ ਆ? ਪਰਮੇਸ਼ਵਰ ਦੇ ਵੱਲ ਅਸੀਂ ਧੋੜੇ ਜ਼ਰੂਰ ਆ। ਮੈਂ ਇੱਕ ਗੱਲ ਕਹੀ, ਪ੍ਰਾਰਥਨਾ ਬੰਦ ਨਾ ਕਰੋ, ਕਿਉਂਕਿ ਉਹ ਕਹਿੰਦਾ ਮੈਂ ਤੇਰਾ ਚੰਗਾ ਕਰਨ ਵਾਲਾ ਪਰਮੇਸ਼ਰ ਆ, ਮੈਂ ਚੰਗਾ ਕਰਾਂਗਾ ਤੁਹਾਨੂੰ। ਉਹ ਚੰਗਿਆਈ ਦੇਣ ਵਾਲਾ ਪਰਮੇਸ਼ਰ ਆ। ਇਸ ਦੁਨੀਆ ਤੇ ਕਿਸੇ ਨੇ ਨਹੀਂ ਕਿਹਾ ਕਿ ਮੈਂ ਤੈਨੂੰ ਠੀਕ ਕਰ ਸਕਦਾ ਆ, ਮੈਂ ਤੇਰੇ ਪਾਪ ਚੁੱਕ ਸਕਦਾ ਆ, ਮੈਂ ਤੇਰੇ ਪਾਪਾਂ ਨੂੰ ਮਾਫ ਕਰਦਾ ਆ, ਮੈਂ ਤੇਰੀ ਬਿਮਾਰੀ ਨੂੰ ਆਪਣੇ ਉੱਪਰ ਲੈਂਦਾ ਹੈਗਾ ਆ, ਮੈਂ ਤੇਰੇ ਵਾਸਤੇ ਕਰੂਸ ਲੈ ਸਕਦਾ ਆ, ਮੈਂ ਤੇਰੇ ਵਾਸਤੇ ਕੰਡਿਆਂ ਦਾ ਤਾਜ ਪਾ ਸਕਦਾ ਆ, ਮੈਂ ਤੇਰੇ ਵਾਸਤੇ ਆਪਣੀ ਦਾੜੀ ਨੂੰ ਪਟਵਾ ਸਕਦਾ ਆ, ਮੈਂ ਤੇਰੇ ਵਾਸਤੇ ਮੂੰਹ ਦੇ ਥਕਵਾ ਵੀ ਸਕਦਾ ਆ। ਇਹ ਅੱਜ ਤੱਕ ਕੋਈ ਨਹੀਂ ਕਹਿ ਸਕਿਆ ਸਵਾਏ ਪ੍ਰਭੂ ਯਿਸੂ ਮਸੀਹ ਤੋਂ, ਕਿਉਂਕਿ ਉਹ ਜ਼ਿੰਦਾ ਖੁਦਾ ਆ, ਔਰ ਅੱਜ ਵੀ ਸਾਡੇ ਵਿੱਚ ਮੌਜੂਦ ਆ। ਉਹ ਪਰਮੇਸ਼ਵਰ ਆ। ਪਰਮੇਸ਼ਵਰ ਹੋਣ ਦਾ ਸਭ ਤੋਂ ਵੱਡਾ ਗੁਣ ਆ ਕਿ ਜੋ ਉਹ ਕਹਿੰਦਾ ਆ ਉਹ ਕਰਦਾ ਵੀ ਆ।
ਉਹਨੇ ਕਿਹਾ ਮੈਂ ਤੁਹਾਡਾ ਪਰਮੇਸ਼ਰ ਆ ਚੰਗਾ ਕਰਨ ਵਾਲਾ ਔਰ ਉਹ ਕਰਦਾ ਵੀ ਆ। ਹਾਲੇਲੂਇਆ ਹਾਲੇਲੂਇਆ ਉਹ ਕਰਦਾ ਵੀ ਆ। ਮੈਂ ਵਿੱਚ ਲਿਖਿਆ ਯਹੋਵਾ ਦਾ ਤੇ ਛੋਟਾ ਨਹੀਂ ਕਿ ਤੈਨੂੰ ਬਚਾ ਨਾ ਸਕੇ। ਤੁਸੀਂ ਕਿੰਨੀ ਵੀ ਦੂਰ ਕਿਉਂ ਨਾ ਹੋ ਉਹ ਪਰਮੇਸ਼ਰ ਉੱਥੇ ਵੀ ਤੁਹਾਨੂੰ ਛੂ ਸਕਦਾ, ਤੁਸੀਂ ਚਾਹੇ ਜਿੰਨੀ ਮਰਜ਼ੀ ਦੂਰ ਬੈਠੇ। ਪਰਮੇਸ਼ਰ ਹੁੰਦੀ ਹੈ ਕੁਝ ਹੋਰ ਵੀ, ਹੋਰ ਕੁਝ ਗੁਣ ਹੈ ਜਿਹੜੇ ਸਾਨੂੰ ਸਭ ਨੂੰ ਯਾਦ ਰੱਖਣੇ ਚਾਹੀਦੇ ਸਾਡੇ ਜੀਵਨ ਦੇ ਵਿੱਚ। ਬਹੁਤ ਜ਼ਿਆਦੀਆਂ ਚੀਜ਼ਾਂ ਜਿਹੜੀਆਂ ਸਾਨੂੰ ਪਰਮੇਸ਼ਵਰ ਦੇ ਵੱਲ ਇਸ਼ਾਰਾ ਕਰਦੀਆਂ ਹੈਗੀਆਂ। ਤਾਂ ਮੈਂ ਪਹਿਲਾਂ ਸਿਆ ਕਿ ਉਹਦਾ ਜਨਮ ਨਹੀਂ ਹੋਣਾ ਚਾਹੀਦਾ ਜਿੱਦਾਂ ਸਾਡਾ ਹੋਇਆ ਹੈ। ਪ੍ਰਭੂ ਯਸ਼ੂ ਮਸੀਹ ਦਾ ਜਨਮ ਸਾਡੇ ਵਾਂਗੂ ਨਹੀਂ ਹੋਇਆ ਔਰ ਨਾ ਹੀ ਉਹਨਾਂ ਦੀ ਕੋਈ ਡੇਟ ਆਫ ਬਰਥ ਹੈਗੀ ਕਿ ਜਿਹਨੂੰ ਅਸੀਂ ਮਨਾ ਸਕੀਏ। 25 ਦਸੰਬਰ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀ ਕ੍ਰਿਸਮਸ ਕਰਦੇ ਹਾਂ ਪਰ ਜਨਮ ਦਿਨ ਨਹੀਂ ਮਨਾਉਂਦੇ ਹੈਗੇ। ਉਹ ਸਿਰਫ ਇੱਕ ਪ੍ਰੋਗਰਾਮ ਰੱਖਿਆ ਅਸੀਂ ਸਭ ਇਕੱਠੇ ਹੁੰਦੇ ਹਾਂ ਪਰ ਪ੍ਰਭੂ ਦੀ ਮਹਿਮਾ ਨੂੰ ਕਰਦੇ। ਮੈਂ ਤਾਂ ਵੈਸੇ ਵੀ ਨਹੀਂ ਮਨਾਉਂਦਾ, ਜੇ ਕੋਈ ਮਨਾਉਂਦਾ ਹੋਊਗਾ ਤਾਂ ਉਹਨਾਂ ਨੂੰ ਸ਼ਾਇਦ ਪਤਾ ਹੋਊਗਾ ਕਿਉਂਕਿ ਪ੍ਰਭੂ ਯਸ਼ੂ ਮਸੀਹ ਦਾ ਕੋਈ ਵੀ ਜਨਮ ਦਿਨ ਨਹੀਂ ਹੈਗਾ ਔਰ ਨਾ ਹੀ ਬਾਈਬਲ 'ਚ ਲਿਖਿਆ ਗਿਆ ਕਿ ਉਹਨੂੰ ਮਨਾਇਆ ਜਾਵੇ, ਕਿਉਂਕਿ ਉਹਦਾ ਜਨਮ ਸਾਡੇ ਵਾਂਗੂ ਨਹੀਂ ਹੋਇਆ ਕਿ ਉਹਨੂੰ ਅਸੀਂ ਲਿਖ ਕੇ ਰੱਖ ਸਕੀਏ ਕਿ ਅੱਜ ਮਨਾਉਣਾ ਹੈ। ਹਾਲੇਲੂਇਆ। ਪ੍ਰਭੂ ਯਸ਼ੂ ਮਸੀਹ ਦੇ ਜੀਵਨ ਦੇ ਵਿੱਚੋਂ ਸਾਨੂੰ ਸਿੱਖਣਾ ਚਾਹੀਦਾ ਹੈਗਾ ਕਿ ਜਿਹੜੀਆਂ ਗੱਲਾਂ ਪ੍ਰਭੂ ਯਸ਼ੂ ਮਸੀਹ ਨੇ ਕਹੀਆਂ ਆ ਕਿ ਕੋਈ ਹੋਰ ਇਹਨਾਂ ਗੱਲਾਂ ਨੂੰ ਕਹਿ ਸਕਦਾ ਹੈ। ਅੱਜ ਤੁਸੀਂ ਜਦੋਂ ਘਰ ਦੇ ਵਿੱਚ ਪ੍ਰੇਅਰ ਕਰਦੇ ਹੈਗੇ ਤੁਹਾਨੂੰ ਬੜਾ ਇਸ ਚੀਜ਼ 'ਤੇ ਇੱਕ ਘਮੰਡ ਹੁੰਦਾ ਹੁੰਦਾ ਕਿ ਮੇਰੀ ਜੋ ਪ੍ਰੇਅਰ ਆ ਜ਼ਰੂਰ ਪਰਮੇਸ਼ੁਰ ਸੁਣੇਗਾ। ਉਹ ਤੋਂ ਪਹਿਲਾਂ ਸਾਡੇ ਅੰਦਰ ਇਹ ਚੀਜ਼ਾਂ ਨਹੀਂ ਸਾਨੂੰ ਪਤਾ ਹੁੰਦਾ ਸੀ, ਕੋਈ ਗੱਲ ਨਹੀਂ ਅੱਜ ਨਹੀਂ ਤੇ ਕੱਲ੍ਹ ਮਿਲ ਜਾਊਗਾ। ਪਰ ਜਦੋਂ ਅਸੀਂ ਪ੍ਰਭੂ ਯਸ਼ੂ ਮਸੀਹ ਨੂੰ ਜਾਣਦੇ ਹਾਂ ਤੇ ਸਾਡੇ ਅੰਦਰ 100% ਵਿਸ਼ਵਾਸ ਪੈਦਾ ਹੋ ਜਾਂਦਾ ਆ ਕਿ ਹੋਣਾ ਤੇ ਹੋਣਾ ਹੀ ਆ, ਕਿਉਂਕਿ ਮੇਰਾ ਖੁਦਾ ਜਿਹੜਾ ਉਹ ਮੈਂ ਕਰਕੇ ਗੱਲ ਕਰਦਾ ਆ, ਮੈਂ ਤੇਰਾ ਪਰਮੇਸ਼ਵਰ ਹਾਂ, ਮੈਂ ਤੇਰਾ ਪਰਮੇਸ਼ਵਰ ਹਾਂ। ਇੱਕ ਹੋਰ ਪਰਮੇਸ਼ਵਰ ਹੋਣ ਦਾ ਗੁਣ ਹੈਗਾ ਆ ਮਲਾਕੀ 3:6 ਉਹਦੇ 6 ਵਚਨ ਨੂੰ ਪੜਾਂਗੇ। ਬਹੁਤ ਹੀ ਵਧੀਆ ਹੈਗਾ ਆ। ਕਿਉਂ ਜੋ ਮੈਂ ਯਹੋਵਾ ਅਟਲ ਹਾਂ, ਕਿਉਂ ਜੋ ਮੈਂ ਯਹੋਵਾ ਅਟਲ ਹਾਂ, ਇਸੇ ਕਾਰਨ ਹੇ ਯਾਕੂਬ ਦੇ ਪੁੱਤਰੋ ਤੁਸੀਂ ਨਹੀਂ ਮੁੱਕੇ। ਹਾਂ, ਕਿਉਂਕਿ ਮੈਂ ਤੇਰਾ ਯਹੋਵਾ ਅਟਲ ਮਤਲਬ ਬਿਲਕੁਲ ਖੜਾ ਆ, ਜੋ ਕਹਿ ਦਿੱਤਾ ਉਹ ਬਦਲਦਾ ਨਹੀਂ ਹੈਗਾ। ਅਟਲ ਦਾ ਮਤਲਬ ਮੈਂ ਇੱਕੋ ਜਗ੍ਹਾ ਸਥਿਰ ਆ, ਜੋ ਤੁਹਾਡੇ ਨਾਲ ਵਾਅਦਾ ਕਰ ਦਿੱਤਾ ਆ ਉਹ ਮੈਂ ਤੋੜਦਾ ਨਹੀਂ ਹੈਗਾ। ਅਸੀਂ ਵੇਖਦੇ ਹਾਂ ਪ੍ਰਭੂ ਯਸ਼ੂ ਮਸੀਹ ਨੂੰ ਜਾਣਨ ਤੋਂ ਪਹਿਲਾਂ ਅਸੀਂ ਬਹੁਤ ਸਾਰੇ ਵਾਅਦੇ ਵੀ ਸਾਡੇ ਨਾਲ ਕੀਤੇ ਗਏ ਪਰ ਉਹ ਪੂਰੇ ਨਹੀਂ ਹੋਏ ਹੈਗੇ। ਪਰਮੇਸ਼ਰ ਕਦੀ ਵੀ ਬਦਲਦਾ ਨਹੀਂ, ਕਦੀ ਨਹੀਂ ਬਦਲਦਾ। ਇਨਸਾਨ ਬਦਲ ਜਾਂਦਾ ਹੈ, ਇਨਸਾਨ ਬਦਲਦਾ ਹੈ, ਅਸੀਂ ਬਦਲ ਸਕਦੇ ਹਾਂ। ਅਸੀਂ ਅੱਜ ਸੋਚਿਆ ਚਲੋ ਪਾਸਟਰ ਨੇ ਕੁਛ ਕਹਿਤਾ ਤੇ ਅਸੀਂ ਬਦਲ ਸਕਦੇ ਹਾਂ। ਪਰਮੇਸ਼ਵਰ ਨਹੀਂ ਬਦਲਦਾ, ਉਹ ਕਦੀ ਨਹੀਂ ਛੱਡਦਾ ਕਿਸੇ ਨੂੰ। ਇਸਰਾਇਲੀ ਲੋਕਾਂ ਨੂੰ ਯਾਦ ਕਰੋ, ਪਰਮੇਸ਼ਵਰ ਕਿਉਂ ਨਹੀਂ ਬਦਲਦਾ? ਉਹਨਾਂ ਨੇ ਕਿੰਨਾ ਜ਼ਿਆਦਾ ਪਰਮੇਸ਼ਵਰ ਦੇ ਨਾਲ ਧੋਖੇ ਕੀਤੇ, ਕਿੰਨੀ ਵਾਰ ਉਹ ਮੂਰਤੀ ਪੂਜਾ ਦੇ ਵਿੱਚ ਗਏ, ਕਿੰਨੀ ਵਾਰ ਉਹਨਾਂ ਨੇ ਪਰਮੇਸ਼ਵਰ ਤੋਂ ਅਣਆਗਿਆਕਾਰੀ ਕੀਤੀ, ਫਿਰ ਵੀ ਪਰਮੇਸ਼ਵਰ ਉਹਨਾਂ ਦੇ ਨਾਲ 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 ਚੱਲਦਾ ਰਿਹਾ। ਔਰ ਜਦੋਂ ਪਤਾ ਲੱਗਾ ਕਿ ਮੇਰੇ ਲੋਕ ਜਿਹੜੇ ਹੈਗੇ ਆ ਹੁਣ ਉਹ ਜ਼ਿਆਦਾ ਪ੍ਰੋਬਲਮ ਦੇ ਵਿੱਚ ਆ ਗਏ ਆ, ਉਸੇ ਟਾਈਮ ਫਿਰ ਮੂਸਾ ਨੂੰ ਕਿਹਾ ਕਿ ਜਾ ਮੂਸਾ ਮੇਰੇ ਲੋਕਾਂ ਨੂੰ ਉੱਥੋਂ ਕੱਢ ਕੇ ਲਿਆ, ਕਿਉਂਕਿ ਮੈਂ ਬਦਲਣ ਵਾਲਾ ਪਰਮੇਸ਼ਵਰ ਨਹੀਂ ਆ। ਬਾਈਬਲ 'ਚ ਲਿਖਿਆ ਉਹ ਜੁਗੋਂ ਜੁਗ ਤੱਕ ਇੱਕੋ ਹੀ ਆ, ਉਹ ਕਦੀ ਬਦਲਦਾ ਨਹੀਂ ਹੈਗਾ। ਜੋ ਪਰਮੇਸ਼ਵਰ ਨੇ ਗੱਲਾਂ 4000 ਸਾਲ ਪਹਿਲਾਂ ਕਹੀਆਂ, ਜੋ 6000 ਸਾਲ ਪਹਿਲਾਂ ਕਹੀਆਂ, ਉਹ ਅੱਜ ਵੀ ਉਹਨਾਂ ਦੇ ਉੱਪਰ ਪੂਰਾ ਹੈਗਾ, ਉਹ ਅੱਜ ਵੀ ਉਹਨਾਂ ਦੇ ਉੱਪਰ ਪੂਰਾ ਹੈਗਾ ਆ ਕਿ ਮੈਂ ਤੈਨੂੰ ਸਵਰਗ ਲੈ ਕੇ ਜਾਊਂਗਾ ਤੇ ਲੈ ਕੇ ਜਾਊਂਗਾ, ਮੈਂ ਵਾਪਸ ਆਊਂਗਾ ਤੇ ਵਾਪਸ ਆਊਂਗਾ। ਅਸੀਂ ਕਦੀ ਕਦੀ ਜਾਣੇ 2-2 ਮਹੀਨੇ ਚਰਚ ਨਹੀਂ ਵੜਦੇ, ਵਾਪਸ ਨਹੀਂ ਆਉਂਦੇ। ਪਰਮੇਸ਼ਰ ਏਦਾਂ ਦਾ ਨਹੀਂ ਹੈਗਾ, ਤੁਸੀਂ ਜਦੋਂ ਮਰਜ਼ੀ ਪੁਕਾਰੋ ਪਰਮੇਸ਼ਰ ਤੁਹਾਡੇ ਕੋਲ ਉਸੇ ਟਾਈਮ ਆਣ ਕੇ ਖੜਾ ਹੁੰਦਾ, ਕਿਉਂਕਿ ਬਦਲਦਾ ਨਹੀਂ ਹੈਗਾ, ਇਨਸਾਨ ਬਦਲਦਾ ਹੈ। ਸਾਡੇ ਚਿਹਰੇ ਬਦਲ ਸਕਦੇ ਹੈਗੇ ਆ, ਪਰਮੇਸ਼ਵਰ ਦਾ ਚਿਹਰਾ ਨਹੀਂ ਬਦਲ ਸਕਦਾ। ਵੇਖਿਆ ਨਾ, ਸਾਬੇ ਦਾ ਬਦਲ ਗਿਆ, ਸਾਡੇ ਚਿਹਰੇ ਬਦਲਦੇ। ਹਾਲੇਲੂਇਆ। ਸਾਬੇ ਦਾ ਕਹਿੰਦਾ ਰੂਪ ਬਦਲ ਗਿਆ ਹੁਣ, ਅਸੀਂ ਆਪਣੇ ਆਪ 'ਚ ਚੇਂਜ ਕੁਛ ਕਰ ਲੈਂਦੇ ਹਾਂ। ਪਰਮੇਸ਼ਵਰ ਉਹ ਕਦੀ ਵੀ ਬਦਲਦਾ ਨਹੀਂ ਹੈ, ਕਦੀ ਵੀ ਬਦਲਦਾ ਨਹੀਂ ਹੈ। ਉਹ ਜਿੱਦਾਂ ਦਾ ਸ਼ੁਰੂ ਤੋਂ ਸੀ ਉਦਾਂ ਦਾ ਹੀ ਅੱਜ ਹੈਗਾ, ਤੇ ਉਸ ਟਾਈਮ ਤੇ ਵੀ ਪ੍ਰੇਮ ਕਰਦਾ ਸੀ। ਆਦਮ ਤੇ ਹਵਾ ਨੇ ਪਾਪ ਕੀਤਾ, ਉਹਨੇ ਮਾਰਿਆ ਨਹੀਂ, ਨਸ਼ਟ ਨਹੀਂ ਕੀਤਾ ਉਹਨਾਂ ਨੂੰ, ਕਿਉਂਕਿ ਪਰਮੇਸ਼ਵਰ ਉਹ ਤੋਂ ਪਹਿਲਾਂ ਕਹਿ ਚੁੱਕਿਆ ਸੀ ਉਹਨਾਂ ਨੂੰ, ਤੁਸੀਂ ਫਲੋ ਫੁੱਲੋ ਇਸ ਧਰਤੀ ਨੂੰ ਭਰ ਦਿਓ,
जे परमेश्वर उन्होंने मार दिंदा ते परमेश्वर के कहे हुए शब्द जिहड़े सी वो शायद विश्वास योग ना रह जांदे। परमेश्वर ने इदां नहीं होंदा था क्योंकि बदलता नहीं, कह के उन्हें कहा जाओ धरती नूं भर दो ते परमेश्वर ने उन्होंने वो आशीष दित्ती कि जाओ तुहाडे नाल वादा कर चुकिया है ते तोड़ूंगा नहीं। असीं गलतियां करते हैं, आदम हवा ने गलती की, परमेश्वर की आण आज्ञाकारी की, पर परमेश्वर ने मारिया नहीं, मारिया नहीं। याद रखो अज तो पहला जो असीं कितें नहीं सी प्रभु नूं जाते सी डरते रहिंदे ने सी, अज रात नूं पता नहीं कोई बाबा मार ही ना दवे आण के, अज रात नूं कितें कंधा ना सिर ही ना वजदी होण सकदी, असीं डरते हुंदे सी इत्थे क्योंकि सानूं संसार चों डराया जांदा हुंदा सी। अच्छा अज ही डब्बा लैके आउंदा वेखियां कितां कह के गया इतने इदा अज ही ये होगा वो होगा बड़ा कुछ। परमेश्वर इदा का नहीं है, क्यों नहीं है परमेश्वर इदा का? मैं एक कहानी तुहानू दसूंगा छोटी जी जरूर। कहते कि एक बार एक एक बंदा सी और उहदी घरवाली जिहड़ी मर गई और उहदा बेटा सी एक छोटा 8-10 साल का, और उस बंदे ने दूसरा विआह करवा लिया, दूसरा विआह करवा लिया और उहदा बेटा जिहड़ा सी एक दिन अपने बेटे नूं उहने पुछिया कि बेटा पहली मां जिहड़ी सी उह चंगी सी कि नवीं मां जिहड़ी आ उह चंगी आ? उस बच्चे का जवाब सी कि जिहड़ी होण वाली मम्मी आ ये बिल्कुल सच बोलती आ, जिहड़ी पहली सी वो झूठ बोलती सी। ते वो बड़ा हैरान होया, बड़ा मन नूं ठेस पहुंची कि जिहड़ी मां ने नूं जन्म दिता सी ये अज कह रहा कि वो झूठ बोलती सी और ये मां जिहड़ी है सच बोलती सी। उन्हें पुछया पुत तू इदां क्यों कहा आ? वो ते तेरी मां सी तैनूं जन्म दिता सी। उन्हें सिया कि पापा मैं इस करके कह रहा कि जिहड़ी पहली मां सी जो मैं बाहर खेडन जाना सी और मैं लेट हो जाना सी जां मेरे कपड़े गंदे हो जाते सी और मां मैनू रोज आ के कहती सी जे तू कल तो बाहर गया तो मैं तेनू कदी रोटी नहीं दूंगी। मैं जो घर वापस आना सी और फिर अपने हत्थों के नाल मैनू खवाना शुरू कर दिंदी सी। वो झूठी सी मां, झूठ बोल दिंदी सी। पर हुण हुण कहिंदा जदों मैं बाहर जाना आ और मां कहती कि मैं तेनू रोटी नहीं दूंगी वो नहीं दिंदी हैगी। इस करके सच्ची ये मां जिहड़ी आ रोटी नहीं दिंदी भी सच बोलती है, वो मां झूठ बोलती सी। प्रभु दे प्यारे लोगों अज असीं भी इदां दे जीवन दे विच बैठे हैगे। परमेश्वर कदी भी उदां दा नहीं हैगा कि तुहानूं प्यार ना करे, पर पहला असीं वेखदे हां सानूं झूठियां तसल्लियां मिलदियां। प्रभु यीशु मसीह हर इंसान नूं जो धरती ते पुरा उन्हों प्रेम करते हैं, हर एक बंदे क्योंकि उन्होंने मां प्यो सब तो पहला उही है। परमेश्वर के हत्थां दा बनाया हर एक इंसान परमेश्वर के महिमा के वास्ते रचिया गया, चाहे उन्होंने पता चाहे नहीं पता है, पर है तो साढ़े ही भैन भरा जे साढ़े तो अज अलग है। किन्या लोगों ने सुसमाचार दिता पिछले हफ्ते लोगों ने कि घरे रख्या अलमारी का शिंगार बना गया दिते किन्या जने ने सी हद दो चार ही खड़े करते बाकी किधर लै जाते जमा करन डे घर अपने कि कल नूं पास्टर बना के फिर असीं भी लोगों को दया करांगे। हालेलुया। और जो तुसीं पास्टर बनोगे मैं तुहानूं उदां ही ट्रकां दे ट्रक लवा दूंगा, दया करो लोगों को जरूर कि तेरा जीवन बच जाए। तुसीं इत्थे पक्की चलन डे कई हस्पताल च चलन डे हुंदे, उहनां नूं बचाउणा साडा काम है। ओ परमेश्वर कदी भी बदलता नहीं है। मैं पहला दसिया सी असी की हाँ बदल जाने, जे किसी ना ना मिलने कहूगा लै भाई मैनू तो मिले नहीं सी, देने है ही नहीं, उदा ही चा चढ़िया रहा घर जाके रख लीए। असी जे जीवन के चाशिश को प्राप्त नहीं कर रहे तो अण आज्ञाकारी, अण आज्ञाकारी। वह परमेश्वर फिर भी दिता सन, वह भुख्या नहीं मर दिता, उन्हें आदम के हवा भी देता ही रहा कि जाओ तुम धोखा कर सकते हैं मैं नहीं कर सकता। वो कभी बदलता नहीं है, असी बदल जाने हैं। और एक परमेश्वर की खासियत कि उन्होंने कहते सर्वशक्तिमान है। परमेश्वर की आ
सर्वशक्तिमान का मतलब की होंगे असि हर हमेशा प्रार्थना करना प्रभु तू सर्वशक्तिमान परमेश्वर है तू सर्वशक्तिमान परमेश्वर है सर्वशक्तिमान परमेश्वर का मतलब की होंगे क्यों क्या सर्वशक्तिमान परमेश्वर सर्वशक्तिमान परमेश्वर इस करके कहते हैं जेड़ा किसी की मदद नहीं लेंदा जेड़ा सब कुछ खुद कर सकता है जेड़ा सब कुछ करने सामर्थी परमेश्वर उन्हें कहते सर्वशक्तिमान जेड़ा सब कुछ आप कर सकता है उन्हें किसी की जरूरत नहीं पैंदी कि होर भी दो चार लोग इकट्ठे होते फिर उसकी मदद करना उन्हें लिखा बाइबल च लिखा मैं अकले ने ही इस आकाश को तारिया मैं अकले ने यशायाह की किताब पढ़ो मैं अकले ने ही आकाश को तारिया मैं अकले ने सारी सृष्टि को बनाया क्योंकि वह सर्वशक्तिमान है उन्हें जरूरत नहीं पैंदी किसी नूं किसी की मदद लैण दी सानू जरूरत पैंदी हैगी ना सानू जरूरत पैंदी वेखो असीं घर दे सब्जी बनाउणी ते तवें अकले नहीं बना सकते बना सकते तुसीं वह भी नहीं बनती है वह भी घर वाले कहना बाजार जाओ बिलान लियाओ जे लियाओ वो लियाओ पता नहीं किन्ना कुछ उतो बचको कले असं कुछ भी नहीं कर सकते एक सब्जी नहीं बना सकते अपने घर के पर परमेश्वर इकलिया ही सब कुछ करता है उन्हें इंसान धरती से बनाने तो पहला ये सारिया चीजा बना दतिया कि कल कभी इंसान ना खड़ा हो गया कभी कि मैं परमेश्वर के नाल नाल आ चीजा बनाया इसे करके आदम सब तो बाद बनाया कि आदम यह ना कभी उठ के कि मैं परमेश्वर के नाल नाल सी भी मैं भी बनाया जिदा यहूदी लोगों दियाँ कुछ अलग भी किताबें है जिन्हें लिखते अपने इतिहास के बड़ी जगह लिखा ना कि ताड़िया पुस्तक में ये बात नहीं लिखी गई आपकी पुस्तक में वो अं समझते कि क्यों लिखा है दाऊद लिखता ना कि ताड़िया किताबों दी गल लिख नहीं लिखिया गई जबकि वो किताब तुम्हें मिलेगी नहीं कितने हैगी है क्योंकि यहूदी लोगों कुछ अपन किताबा है इस तरह उन्होंने इतिहास होना सी कि आदम जिहड़ा परमेश्वर के नाल काम करता सी वो सर्वशक्तिमान आ उन्होंने किसी की मदद की जरूरत नहीं पैंदी याद रखो असीं जे समझते हाँ तो परमेश्वर यीशु मसीह तो सिवा सब नू मदद की जरूरत पैंदी किसी ना किसी सब नू हैल्प की जरूरत पई हैगी प्रभु यीशु मसीह ने ना किसी तो हैल्प मंगी आ और ना उन्हें चाहिए वो तो साड़ी मदद करते हैं वो तो साड़ी मदद करने वास्ते धरती के उपर आ गए एक होर और यह खासियत सिर्फ परमेश्वर च हो सकती है सर्वशक्तिमान यह होर किसी के अंदर नहीं हो सकती सिर्फ एक ही सर्वशक्तिमान परमेश्वर आ एक ही जिंदा खुदा एक और परमेश्वर की खासियत सर्वज्ञानी आ सर्वशक्तिमान का वचन तुसी जोब 42 दे दो वचन उत्पत्ति 18 दे 14 वचन भी लिख के रख सकते हैं सर्वज्ञानी सर्वज्ञानी जिन्हों असी अंतरयामी भी कह सकते हैं जिहड़ा सब कुछ जानता होवे सर्वज्ञानी जिन्हों सब कुछ पता है जिहड़ा सब कुछ जिहड़ा आ अपनी बुद्ध दे नाल बना सकता है असी याद रखो असी कितनियां चीजा इंसान ने बनाईया और उन्होंने जिहड़े डिजाइन आ हमेशा चेंज करता रहिंदा है हालेलुया असी वेखदे इंसान जो भी बनाउंदा आ उन्होंने वो डिजाइन नूं बदलता रहिंदा है कोई भी चीज तुहाडे कपड़िया तो लैके हमेशा चेंज होंदे रहिंदे परमेश्वर जो करता है उसे इको वारी करता है वो बदलता नहीं है ना खुद बदलता ना सानू बदल दिंदा है कदी वेख्या परमेश्वर ने इंसानों का भी डिजाइन ही चेंज कर दिता हो इस साल अगले साल इदा के बच्चे जमणगे उतों बाद जिदा के जमण गए हाले लोहिया सानू जिदा का बना दिता असी सब उदा के ही है है ना रंग च फर्क पै जाता थोड़ा बड़ा वा हाले लोहिया यह भी एक बड़ी वीडी उलझन है कई बार लोग कई लोग कहें है जी चाइना वाले जेडे आग हो गए है ना जापान वाले जेडे नेपाल वाले फिर साउथ अफ्रीका वाले ये सब अलग क्यों है किसी ने इन्होंने बारे आप जरूर गल करांगे कि किदा अलग हो गए परमेश्वर ने नहीं बनाया साड़ी अपनी ही गलती कि असीं किदा दे बनदे जांदे हैगे
ਹਾਲੇਲੂਇਆ। ਅੱਜ ਦਾ ਟੌਪਿਕ ਸਾਡਾ ਇਹ ਨਹੀਂ ਹੈਗਾ, ਅਗਲੇ ਹਫ਼ਤੇ ਪੱਖੇ ਜ਼ਰੂਰ ਲਾਉਣੇ ਪੈਣੇ ਹੈ। ਹਾਲੇਲੂਇਆ। ਉਹ ਸਰਵ ਗਿਆਨੀ ਹੈ, ਅਸੀਂ ਪੜ੍ਹਾਂਗੇ ਸਰਵ ਗਿਆਨੀ ਕਿਉਂ ਹੈਗਾ। ਯਸ਼ਾਇਆ 44:40 ਦੇ ਆਏ ਉਹਦੇ 28 ਵਚਨ ਨੂੰ ਤੁਹਾਨੂੰ ਹੁਣੇ ਮੈਂ ਦੱਸਿਆ ਸੀ, ਇਹ ਵਚਨ ਵੀ ਸ਼ਾਇਦ ਕਿਆ ਤੁਮ ਨਹੀਂ ਜਾਣਤੇ, ਕਿਆ ਤੂੰ ਨਹੀਂ ਸੁਣਾ, ਯਹੋਵਾ ਜੋ ਸਨਾਤਨ ਪਰਮੇਸ਼ਵਰ ਔਰ ਪ੍ਰਿਥਵੀ ਭਰ ਕਾ ਸਿਰਜਣਹਾਰ ਹੈ, ਉਹ ਨਾ ਥਕਤਾ ਨਾ ਸ਼ਰਮਿਤ ਹੋਤਾ ਨਾ ਉਸਕੀ ਬੁੱਧੀ ਅਗਮ ਹੈ। ਉਹ ਸਨਾਤਨ ਪਰਮੇਸ਼ਵਰ ਹੈ। ਪਹਿਲੀ ਗੱਲ, ਸਨਾਤਨ ਦਾ ਮਤਲਬ ਹੁੰਦਾ ਆ ਜਿਹਦੀ ਕੋਈ ਸ਼ੁਰੂਆਤ ਨਾ ਹੋਵੇ, ਲੈ ਕੇ ਰੱਖ ਲਿਓ। ਸਨਾਤਨ ਦਾ ਮਤਲਬ ਜਿਹਦੀ ਕੋਈ ਸ਼ੁਰੂਆਤ ਨਾ ਹੋਵੇ ਉਹਨੂੰ ਕਿਹਾ ਜਾਂਦਾ ਹੈ ਸਨਾਤਨ ਹੈ। ਬਹੁਤ ਸਾਰੇ ਲੋਕ ਧਰਤੀ ਜਾਂਦੇ ਜੀ ਸਾਡਾ ਧਰਮ ਸਨਾਤਨ ਆ, ਸਨਾਤਨ ਅਸੀਂ ਦੁਨੀਆਂ ਸਭ ਤੋਂ ਪਹਿਲਾਂ ਸੀ, ਪਰ ਇੱਥੇ ਲਿਖਿਆ ਪਰਮੇਸ਼ਵਰ ਸਨਾਤਨ ਹੈ, ਉਹਦੇ ਤੋਂ ਪਹਿਲਾਂ ਕੁਛ ਵੀ ਨਹੀਂ ਸੀ। ਉਹ ਸਰਵ ਗਿਆਨੀ ਆ, ਸਭ ਕੁਛ ਕਰ ਸਕਦਾ, ਸਭ ਕੁਛ ਉਹਨੇ ਜਿੱਦਾਂ ਦਾ ਸਾਨੂੰ ਅੱਜ ਬਣਾ ਦਿੱਤਾ ਹੈਗਾ ਆ। ਉਹ ਲਿਖਿਆ ਮੈਂ ਧਰਤੀ ਦਾ ਆਕਾਸ਼ ਦਾ ਸਿਰਜਣ ਹਾਰ ਆ, ਕਿ ਪਰਮੇਸ਼ਵਰ ਨੇ ਆਕਾਸ਼ ਨੂੰ ਬਦਲ ਦਿੱਤਾ ਹੈ, ਕਿ ਸੂਰਜ ਚੰਦ ਤਾਰਿਆਂ ਨੂੰ ਬਦਲ ਦਿੱਤਾ ਹੈਗਾ, ਨਹੀਂ, ਉਹ ਪਰਮੇਸ਼ਵਰ ਵਾਅਦਾ ਕਰਕੇ ਉਹਨੂੰ ਪੂਰਾ ਕਰਨ ਵਾਲਾ ਪਰਮੇਸ਼ਵਰ ਹੈਗਾ। ਅੱਜ ਸਾਨੂੰ ਸਭ ਨੂੰ ਚਾਹੀਦਾ ਹੈਗਾ ਅਸੀਂ ਜੋ ਵਾਅਦਾ ਕਰਦੇ ਅਸੀਂ ਵੀ ਆਪਣੇ ਵਾਅਦੇ ਨੂੰ ਪੂਰਾ ਕਰੀਏ। ਇਨਸਾਨ ਭੁੱਲ ਜਾਂਦਾ ਆਪਣੇ ਵਾਅਦੇ ਨੂੰ, ਪਰਮੇਸ਼ਵਰ ਨਹੀਂ ਕਦੀ ਵੀ ਭੁੱਲਦਾ। ਇੱਕ ਹੋਰ ਪਰਮੇਸ਼ਵਰ ਦੀ ਖਾਸੀਅਤ, ਉਹ ਸਰਵ ਵਿਆਪੀ ਹੈ। ਸਰਵ ਵਿਆਪੀ ਮਤਲਬ ਉਹ ਹਰ ਜਗ੍ਹਾ ਮੌਜੂਦ ਹੈ, ਹਰ ਜਗ੍ਹਾ। ਪੜ੍ਹਾਂਗੇ ਅਸੀਂ ਇੱਕ ਹੋਤਾ 15 ਦੇ ਆਏ ਉਹਦੇ 3 ਵਚਨ ਨੇ, ਜਲਦੀ ਜਲਦੀ, ਤੁਹਾਨੂੰ ਸਭ ਨੂੰ ਗਰਮੀ ਲੱਗਦੀ ਹੋਊਗੀ। ਯਹੋਵਾ ਕੀ ਆਂਖੇ ਸਭ ਸਥਾਨੋਂ ਮੇਂ ਲਗੀ ਰਹਿਤੀ ਹੈ ਔਰ ਵੋ ਬੁਰੇ ਭਲੇ ਦੋਨੋਂ ਕੋ ਦੇਖਤੀ ਰਹਿਤੀ ਹੈ। ਯਾਦ ਰੱਖੋ ਲਿਖਿਆ ਕਿ ਪਰਮੇਸ਼ਵਰ ਦੀਆਂ ਜਿਹੜੀਆਂ ਅੱਖਾਂ ਆ ਉਹ ਸਭਨੀ ਥਾਈ ਲੱਗੀਆਂ ਰਹਿੰਦੀਆਂ। ਉਹ ਸਰਵ ਵਿਆਪੀ, ਹਰ ਜਗ੍ਹਾ ਮੌਜੂਦ ਆ, ਉਹ ਬੁਰੇ ਤੇ ਭਲੇ ਦੋਵਾਂ ਨੂੰ ਤੱਕਦੇ ਰਹਿੰਦੇ। ਪਰਮੇਸ਼ਵਰ ਦੀਆਂ ਅੱਖਾਂ ਬੁਰੇ ਤੇ ਭਲੇ ਦੋਵਾਂ ਨੂੰ ਤੱਕਦੀਆਂ। ਹੁਣ ਤੁਹਾਡੇ ਦਿਮਾਗ 'ਚ ਕੀ ਚੱਲਦਾ ਪਰਮੇਸ਼ਵਰ ਇਹ ਵੀ ਜਾਣਦਾ ਹੈ। ਉਹ ਤੁਹਾਨੂੰ ਇਸ ਟਾਈਮ ਤੇ ਇਕੱਲੇ ਇਕੱਲੇ ਨੂੰ ਵੇਖ ਰਿਹਾ ਹੈਗਾ। ਯਾਦ ਰੱਖੋ ਤੁਸੀਂ ਹਰ ਜਗ੍ਹਾ ਮੌਜੂਦ ਹੋ ਸਕਦੇ ਆ, ਤੁਸੀਂ ਹਰ ਜਗ੍ਹਾ ਮੌਜੂਦ ਹੋ ਸਕਦੇ ਆ, ਤੁਸੀਂ ਇੱਕ ਜਗ੍ਹਾ ਹੀ ਖੜੇ ਰਹਿ ਸਕਦੇ ਆ। ਸ਼ੈਤਾਨ ਵੀ ਹਰ ਜਗ੍ਹਾ ਮੌਜੂਦ ਨਹੀਂ ਹੋ ਸਕਦਾ। ਪਰਮੇਸ਼ਵਰ ਸਰਵ ਵਿਆਪੀ, ਸਾਢੇ 700 ਕਰੋੜ ਦੀ ਆਬਾਦੀ ਆ, ਪਰਮੇਸ਼ਵਰ ਹਰ ਇੱਕ ਬੰਦੇ ਨੂੰ ਤੱਕ ਰਿਹਾ ਕਿ ਉਹ ਕੀ ਕਰ ਰਿਹਾ ਤੇ ਕੀ ਨਹੀਂ ਕਰ ਰਿਹਾ। ਕੁਝ ਲੋਕ ਕਹਿੰਦੇ ਲੈ ਮੈਨੂੰ ਵੇਖਦਾ ਹੋਵੇ ਤੇ ਮੈਂ ਤੇ ਇਹਨੀਆਂ ਗਲਤੀਆਂ ਕਰਦਾ ਆ, ਮੈਨੂੰ ਤੇ ਕਦੀ ਪਰਮੇਸ਼ਵਰ ਨੇ ਕਿਹਾ ਨੀ ਕੁਛ, ਮੈਨੂੰ ਤੇ ਕਦੀ ਕਿਹਾ ਨੀ ਕੁਛ। ਜਦੋਂ ਪਰਮੇਸ਼ਵਰ ਕਹਿੰਦਾ ਉਦੋਂ ਸਮਝ ਵੀ ਨਹੀਂ ਆਉਂਦੀ ਕਿ ਹੋਇਆ ਕੀ ਹੈ। ਉਦੋਂ ਫਿਰ ਪਤਾ ਕਹਿੰਦੇ ਲੋਕ, ਰੱਬ ਨੇ ਬੜੀ ਮਾੜੀ ਕੀਤੀ, ਇੱਦਾਂ ਕਹਿੰਦੇ ਨਾ। ਇਹ ਤਾਂ ਮਤਲਬ ਰੱਬ ਵੇਖ ਰਿਹਾ ਸੀ, ਹੈ ਨਾ। ਹਾਲੇਲੂਇਆ। ਜਦੋਂ ਕਹਿੰਦੇ ਕਿ ਰੱਬ ਨੇ ਮਾੜੀ ਕੀਤੀ, ਮਤਲਬ ਰੱਬ ਕੀ ਵੇਖ ਰਿਹਾ ਸੀ, ਕਿਉਂਕਿ ਉਹਦੀਆਂ ਅੱਖਾਂ ਧਰਤੀ ਦੇ ਉੱਪਰ ਹਰ ਇੱਕ ਜਗ੍ਹਾ ਤੇ ਲੱਗੀਆਂ ਹੋਈਆਂ, ਹਰ ਇੱਕ ਜਗ੍ਹਾ ਤੇ ਲਿਖਿਆ ਭਲੇ ਤੇ ਬੁਰੇ ਦੋਵਾਂ ਨੂੰ ਤੱਕਦੀਆਂ ਹੈ। ਜਦੋਂ ਤੁਸੀਂ ਇਲਜ਼ਾਮ ਲਾਉਂਦੇ ਆ ਨਾ ਕਿ ਰੱਬ ਨੇ ਮਾੜੀ ਕੀਤੀ, ਤੇ ਯਾਦ ਰੱਖੋ ਇਹਦਾ ਮਤਲਬ ਸੀ ਉਹ ਵੇਖ ਰਿਹਾ ਸੀ ਮੈਨੂੰ ਔਰ ਮੈਂ ਗਲਤੀ ਕਰ ਚੁੱਕਿਆ ਸੀ। ਇਸੇ ਕਰਕੇ ਪ੍ਰੋਬਲਮ ਪੈ ਗਈ ਮੇਰੇ ਜੀਵਨ ਦੇ ਵਿੱਚ, ਇਸੇ ਕਰਕੇ ਪ੍ਰੋਬਲਮ ਆਈ ਸਾਡੇ ਜੀਵਨ ਦੇ ਵਿੱਚ। ਉਹ ਸਰਵ ਵਿਆਪੀ ਪਰਮੇਸ਼ਵਰ ਹੈਗਾ ਹੈ। ਇੱਕ ਵਚਨ ਹੋਰ ਪੜਾਂਗੇ ਅਸੀਂ, ਜਰਮੀਆਂ 23 ਦੇ ਆਏ ਉਹਦਾ 23-24 ਵਚਨ। ਯਹੋਵਾ ਕੀ ਜੇ ਵਾਣੀ ਹੈ, ਕਿਆ ਮੈਂ ਐਸਾ ਪਰਮੇਸ਼ਵਰ ਹੂੰ ਜੋ ਦੂਰ ਨਹੀਂ ਨਿਕਟ ਹੀ ਰਹਿਤਾ ਹੂੰ। ਫਿਰ ਯਹੋਵਾ ਕੀ ਜੇ ਵਾਣੀ ਹੈ, ਕਿਆ ਕੋਈ ਐਸੇ ਗੁਪਤ ਸਥਾਨੋਂ ਮੈਂ ਛਿਪ ਸਕਤਾ ਹੈ ਕਿ ਮੈਂ ਉਸੇ ਦੇਖ ਨਾ ਸਕੂੰ। ਕਿਆ ਸਵਰਗ ਔਰ ਪ੍ਰਿਥਵੀ ਦੋਨੋਂ ਮੁਸੇ ਪਰਿਪੂਰਨ ਨਹੀਂ ਹੈ। ਯਾਦ ਰੱਖੋ ਪਰਮੇਸ਼ਵਰ ਕਹਿੰਦਾ ਸਵਰਗ ਤੇ ਪ੍ਰਿਥਵੀ ਦੋਵੇਂ ਪਰਿਪੂਰਨ ਆ ਮੇਰੇ। ਤੁਸੀਂ ਜਿੱਥੇ ਮਰਜ਼ੀ ਚਲ ਜਾਓ, ਜਿੱਥੇ ਮਰਜ਼ੀ ਛੁਪ ਜਾਓ, ਮੈਂ ਹਰ ਜਗ੍ਹਾ ਤੁਹਾਨੂੰ ਵੇਖ ਸਕਦਾ। ਅੱਜ ਇਨਸਾਨ ਕਿਸੇ ਵੇਲੇ ਪਾਪ ਕਰਦਾ ਜਦੋਂ ਤੂੰ ਆਪਣਾ ਦਰਵਾਜ਼ਾ ਜਿਹੜਾ ਬੰਦ ਕਰ ਲੈਂਦਾ ਹੈਗਾ। ਦਰਵਾਜ਼ਾ ਕੀ ਆ? ਬੰਦ ਕਰ ਲੈਂਦਾ ਹੈਗਾ ਆ ਕਿ ਮੈਂ ਦਰਵਾਜ਼ਾ ਬੰਦ ਕਰਕੇ ਪਾਪ ਕਰੂੰਗਾ, ਮੈਨੂੰ ਕੋਈ ਨਹੀਂ ਵੇਖਦਾ। ਪਰਮੇਸ਼ਰ ਨੇ ਸ਼ੁਰੂ ਤੋਂ ਕਹਿਣ ਨੂੰ ਕਿਹਾ ਸੀ ਕਿ ਪਾਪ ਜਿਹੜਾ ਉਹ ਦਰਵਾਜ਼ੇ ਦੇ ਪਿੱਛੇ ਛੁਪਿਆ ਆ,
पाप तेरे द्वार दे पिछे आ। याद रखो जो तुसी दरवाजा बंद करके पाप करते हैं ते पाप जिहड़ा पहला ही अंदर हैगा आ, वह बाहर नहीं है कि बाहरों अंदर आना आ, वह पहला ही अंदर खड़ा है। पर वह सर्वव्यापी परमेश्वर आ, तुसी हर जगह नहीं वेख सकते, परमेश्वर तुहानू अंदर भी ताडे वेखदा है, ते कमरे के बाहर से वक्री गल, कमरे के वक्री गल आ, परमेश्वर ताडे अंदर भी झाती मारदा है कि तुसी अंदर की सोचते हैं, अंदर की सोचते हैं। हालेलुया, हालेलुया। कई बार कह देंगे ना कि परमेश्वर कपड़े नहीं वेखता जी, तो परमेश्वर की वेखता फिर? परमेश्वर मन वेखता है। वो जेडे लोग ऐसा कहते, ऐसा 100% प्रूफ करते कि मन से 100% मेरा शुद्ध हो चुके है, वो ऐसा के वचन में दसन के परमेश्वर कपड़े नहीं वेखता। क्यों नहीं वेखता परमेश्वर कपड़े? परमेश्वर ताडे कपड़िया के वल भी वेखता है, ताडे कपड़िया तो ताडी पहचान होती तुसी किदां दे हैगे, ताडे कपड़िया तो ही ताडी पहचान होंदी कि ताडा सुभाअ किदां दा होगा, तुसी किदां रहना सहना पसंद करते हैं। वो भाई एक टेलर बैठा, उन्हें पूछ लो, इन्हां नूं पता लग जाता जिहड़े कपड़े सुन्ने पिया बंदा किदां दा होगा, लगता पता ना, पता लगता है सानू क्या कपड़ा सवाउण जिहड़ा आया किदां दा होगा, ताडे कपड़िया तो ताडी पहचान है। और कई कह देंदे हैगे जे परमेश्वर कपड़े नहीं वेखदा जी, परमेश्वर की वेखदा आ? मन वेखता, दिल वेखता, दिल जिदा 100% शुद्ध कर चुके हैं असी। हालेलुया, दिल विच हजे भी की आ, हां वो पाप, वैर, विरोध, झूठ, निंदिया, चुगली, हर समय खिजते रहना, वो मन दे विच ही पिया जी। जेडे पति पत्नी भी अजे तक खिजते रहेंगे है, वह भी आके कह गया एतवार, प्रभु तू हिरदिया के गुरदे जांचने वाला परमेश्वर है। परमेश्वर सोचता होगा सच है पुत्र, मैं जांच के वेख लिया तू निकम्मा ही निकले है, है ना? प्रेर करते ना, प्रभु तू हिरदिया के गुरदे जांचने वाला परमेश्वर है, तो प्रभु वो सोचता होगा ना, हाँ मैं सचमुच वेख लिया तेरे हिरदे, तू हजे भी निकम्मा है, तू हजे भी बदलिया नहीं। और लोग कहते रब बदल गया, रब नहीं बदलिया, बाइबल लिखा वह कभी भी बदलता नहीं आ, वह कहता जे मैं बदल गया तो तुम नष्ट हो जाओगे, तुम नष्ट हो जाओगे। याद रखो जिदा साडे बॉर्डर के उपर आर्मी लगी है, जे अज वो सारे बदल जाए तो की होगा साडे नाल, की हो जाऊगा? जे अज साडे बॉर्डर से जिहड़ी आर्मी हैगी आ वह अज सारे बदल जाए, फेक जाए मान लो, तो की होगा भला? असी नष्ट हो जाएंगे, असी नष्ट हो जाएंगे। याद रखो बॉर्डर से BSF वाले जेडे वो जागते तो असी आराम ना सोने, प्रार्थना करो उन्होंने वास्ते परमेश्वर उन्होंने लंबी उम्र दे और तेरी वधिया सेवा कर सकन हो जाएगी। पहली गल तो असं बड़ी बारी सोचते, अज भी मैं सवेरे किसी गल कर रहा, तो कह रहे जी उधर जी वेखो जी उन्होंने 12 उन्होंने चौंकियां उड़ा दित्तियां। मैं सोच रहा कि पूरी दुनिया में एक गल जरूर कहा जाता है कि सारे बंदे एक ही रब ने बनाए है, इदा कहते हैं सारे बंदे की आ मारन लगे, क्यों नहीं सोचते असं कि भी तो उस रब ने जिन्हें मैनू बनाया, क्योंकि असं जो कहने वो करते नहीं आ। और परमेश्वर उन्होंने भी पाकिस्तान को भी आशीष करता है, इंडिया को भी करता है, और अमेरिका को भी करता, कनेडा को भी करता, उसके वास्ते कोई मुल्क नहीं इदा दे नहीं है, वो सबनों रोटी देके सौंदा है, वो सबनों रोटी देता, सबनों। हालेलुया। और जेडे नहीं परमेश्वर दे, परमेश्वर को चंगी तरह जानते, वो फिर मंगते भी है पर मिलता जरूर उन्होंने, जेडे ज्यादा शराफे आ उन्होंने नहीं मिलता, वह तड़फते हैं। कुछ नास्तिक लोग होंगे दुनिया के जिहड़े कहिंदे रब ना की कोई चीज ही नहीं है, रब है ही नहीं। बाइबल लिखा भी आ 14 जबूर च परमेश्वर लिखा कि मूर्ख ने अपने मन में कहा कि परमेश्वर है ही नहीं, मूर्ख लोग यह भी कहेंगे परमेश्वर हैगा ही नहीं। पर परमेश्वर सर्वव्यापी है, वह हर जगह मौजूद है। 139 जबूर दे च तुसी पढ़ोगे ते लिखा कि मैं तेरे तो भज के किधर जावा, जे मैं आकाश ते चढ़ा तू उथे आ, जे पताल जावा तू उथे भी आ।
जे मैं अंदर वर जा किते बाहर चल जा जिथे मर्जी चल जा तू ते प्रभु हर जगह मौजूद है मैं तेरे तो भज के किधर जावा वो भजन भी बोल देंगे ना हालेलुया असि किते नहीं भज सकते परमेश्वर तो किते भी नहीं भज भी जाओगे तो कितों तक भजोगे बंदा थक जाता हमेशा परमेश्वर याद रखो कदी नहीं थकता है सर्वशक्तिमान है सर्वशक्तिमान फिर दसदा सर्वशक्तिमान है उन्होंने मैं क्यों कहा से उन्होंने किसी की मदद की जरूरत नहीं है क्योंकि वह पावरफुल है सर्वशक्तिमान का मतलब पावरफुल भी होंगे मोस्ट कह सकते जिन्हों मोस्ट पावरफुल सब तो वड्डा जिन्हों कहा जाए सर्वशक्तिमान सब तो वड्डा सब तो वड्डा है उन्होंने जरूरत नहीं है कि इंसान की प्रभु यीशु मसीह ने कहा ना कि मैं ताडे मनुखां दी सेवा तो सेवा मनुखां दे तो सेवा नहीं चाहना अज कई कहते ना परमेश्वर के वास्ते बड़ा वड्डा काम करता बाइबल च लिखा कि तुसी मेरे लिए की करोगे आकाश मेरा सिंहासन धरती मेरे पैर रखने की चौंकी तुसी मेरे लिए केड़ा भवन बनाओगे ये साडा अंदर है वह भवन है मन वह मंदिर कौन कौन आ असी नहीं मैं वह मंदिर कौन आ सब बोलो परमेश्वर का मैं मंदिर हाँ किन्ना चर जिते रहूगी ये गल घर जाते हैं कुड़ कुड़ शुरू हो जानी है सब मंदिर उस वे खत्म हो जाए याद रखो जेडे दो पति पत्नी आ जो ताकि पत्नी थोड़ा औखा बोले दस्या करो तू परमेश्वर का मंदिर आ और जो पति औखा बोले दस्या करो तू परमेश्वर का मंदिर आ और मंदिर के चंगिया चीजा बाहर जानिया भी चंगी चाहिए बहर भी चंगी चीजा होनी चाहिए जे नौ सस लड़दियाँ अपनी दस्या करो सस न मम्मी तुम परमेश्वर का मंदिर है और मम्मी जी नौ दसे कि कुड़िए तुम ही परमेश्वर का मंदिर है तू जगह ना बन के बैठी रह हाले लोही याद रखो एक किसी ने बड़ी वधिया गल लिखी सी बपतिशमे के बारे कहिंदा जे सप्प नूं बपतिशमा दे दो तो डंग मारना नहीं छड़दा हाले लोही वह पढ़ के बड़ा हसया कि सच आ मैं बहुत सारे यहोजे लोगों को जानता जेडे सचमुच जिदा कि भी डंग मार दो नहीं हटे वो कितने ना कितने मारी जाते हाले लोही याद रखो बपतिशमा ले लिया ना तो फिर सप्प ना रहो फिर चेंज हो जाओ बदल जाओ बदलना पेगा जीवन और जो एहो फू फू लेके बैठे रहे तो फिर कुछ भी नहीं ना स्वर्ग दे ना किसी पासे लगन जोगे किन्ने लोग ताडे चो स्वर्ग जाना चाहते हैं सारे कोई नहीं मैं करा टिकटा ताडे थोड़ा समा दो मैनू ताडिया टिकटा करा मैं ऐदा असी करते जिदा बस कल फ्लाइट होनी भी चल जाना चल जड़ के बेच जिदा स्व जे कि सची स्वर्ग में कितने जहाज जाता हो ना तो साडे इंडिया के घर ना घर रिश्वत लै लो भरावा सानू एक नहीं पहुँचा दो उत्थे पैसा दसो कहना चाहता इन्होंने दो नंबर के पासवर्ड बनाई देने आ भी कर लो जे भी कर लो पता नहीं की कुछ क्योंकि असं इन्ह चीज़ा चके हैं ना कि फटाफट किसी पास निकल जावा बस में झूठ बोल बोल के इन्हें भी कितने करना ही प्रार्थना कर दो पास्टर जी मैं कल चढ़ जावा से मेरे को दो नंबर का काम है मेरा बड़ा मुश्किल है इतने तो पास्टर ने कहा कोई गल नहीं तू लख रुपया वाह वेखी तू मैं तेरी गल करा स्वर्ग दूत ना हाले लोहिया इदा ही काम होने से अज भी तो हो रहे इदा ही अज भी स्वर्ग के बजे लोगों के इतना नकली लगन डे है वो याद रखियो जेडे इदा के काम हो रहे है ना उत्थे दूत तो जरूर होणगे जिहड़े तुहानूं लैण आउणगे पर दूत किहड़े होणगे शैतान दे वो परमेश्वर के दूत नहीं होणगे वो शैतान के दूत होणगे हुण पता नहीं तुहाडे चों किन्ने लोग जाना पसंद करते उत्थे हाँ हालेलुया हालेलुया परमेश्वर का नाम की आ मैं हूं सिर्फ मैं हां क्योंकि सब कुछ करने सामर्थी परमेश्वर मैं एक तुहानूं गल पुछना चाहना हैगा तुहाडे लई मान लो एक सवाल आ जिहड़ा इह नाम हैगा आ मैं किहदा हैगा आ किहदा नाम है परमेश्वर का हुणे दस्सिया सी पहले मैं भुल गया ना मैं पहलों पता सी हुणे भुल जाणा
ਹੁਣੇ ਦੱਸ ਘਟਿਆ ਮੈਂ ਕਿ ਉਹ ਸਿਰਫ ਮੈਂ ਕਰਕੇ ਗੱਲ ਕਰਦਾ, ਇੱਕ ਸੈਕਿੰਡ ਚ ਹੀ ਭੁੱਲ ਗਏ ਸੀ ਮੈਂ ਕਿਹਦਾ ਨਾਂ ਆ, ਇਹ ਕਿਹਦੇ ਤੇ ਪ੍ਰਗਟ ਹੋਇਆ? ਪਰਮੇਸ਼ਰ ਤੇ ਪ੍ਰਗਟ ਹੋਇਆ। ਪਰਮੇਸ਼ਰ ਦਾ ਨਾਂ ਪਰਮੇਸ਼ਰ ਤੇ ਪ੍ਰਗਟ ਹੋਇਆ। ਪਰਮੇਸ਼ਰ ਦਾ ਨਾਂ ਮੂਸਾ ਤੇ ਪ੍ਰਗਟ ਹੋਇਆ। ਕਿੱਥੇ ਪ੍ਰਗਟ ਹੋਇਆ? ਹਾਂ, ਅੱਗ ਦੀ ਝਾੜੀ ਦੇ ਵਿੱਚੋਂ। ਕਿਦੋਂ ਦਿੱਤਾ ਗਿਆ ਇਹ ਨਾਮ ਔਰ ਕਿੰਨਾਂ ਨੂੰ ਦਿੱਤਾ ਗਿਆ ਨਾਮ? ਜਦੋਂ ਲੋਕ ਪ੍ਰੋਬਲਮ ਦੇ ਵਿੱਚ ਸੀ ਉਦੋਂ ਪਰਮੇਸ਼ਵਰ ਨੇ ਆਪਣੇ ਆਪ ਨੂੰ ਸਭ ਦੇ ਸਾਹਮਣੇ ਲਿਆਂਦਾ। ਪਰਮੇਸ਼ਰ ਨੇ ਸਿੱਧੀ ਗੱਲ ਕਰਨੀ ਸ਼ੁਰੂ ਕੀਤੀ ਕਿ ਮੇਰੇ ਲੋਕ ਪ੍ਰੋਬਲਮ ਦੇ ਵਿੱਚ ਹੈਗੇ। ਇੱਕ ਹੋਰ ਪਰਮੇਸ਼ਵਰ ਦਾ ਗੁਣ ਹੈਗਾ ਆ, ਉਹ ਹੈਗਾ ਪਵਿੱਤਰ। ਉਹ ਕੀ ਆ? ਉਹ ਪਵਿੱਤਰ ਆ। ਲੇਵੀਆ 19 ਅਧਿਆਇ ਦਾ 2 ਵਚਨ, ਪਹਿਲਾ ਪਤਰਸ 1 ਅਧਿਆਇ 15-16 ਵਚਨ। ਪੜਾਂਗੇ ਜਲਦੀ ਦੇ ਨਾਲ। ਲੇਵੀਆ 19 ਅਧਿਆਇ ਉਹਦਾ 2 ਵਚਨ, ਇਸਰਾਇਲੀਆਂ ਦੀ ਸਾਰੀ ਮੰਡਲੀ ਨੂੰ ਇਹ ਬੋਲਿਆ, ਤੁਸੀਂ ਪਵਿੱਤਰ ਹੋਵੋ ਕਿਉਂ ਜੋ ਮੈਂ ਯਹੋਵਾ ਤੁਹਾਡਾ ਪਰਮੇਸ਼ਵਰ ਪਵਿੱਤਰ ਹਾਂ। ਦੇਖੋ ਇੱਥੇ ਵੀ ਮੈਂ ਕਰਕੇ ਗੱਲ ਕਰਦਾ।